ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਜੀ ਫੈਸਟਿਵ ਸੀਜ਼ਨ ਦਾ ਟਾਈਮ ਆ ਰਿਹਾ ਤੇ ਆਪਾਂ ਨੂੰ ਜੀ ਚਾਹ ਹੁੰਦਾ ਅਲੱਗ-ਅਲੱਗ ਸੈਲੀਬ੍ਰੇਸ਼ਨ ਤੇ ਅਲੱਗ-ਅਲੱਗ ਸੂਟ ਪਾਉਣ ਦਾ ਤੇ ਨਵੇਂ-ਨਵੇਂ ਸੂਟਾਂ ਦੇ ਨਾਲ ਜੀ ਆਪਾਂ ਨੂੰ ਐਕਸੈਸਰੀਜ਼ ਵੀ ਬਹੁਤ ਚਾਹੀਦੀਆਂ ਹੁੰਦੀਆਂ ਨੇ ਇਸੇ ਲਈ ਜੀ ਮੈਂਨੇ ਮਿਸ਼ੋ ਤੋਂ ਵੂਮਨ ਐਕਸੈਸਰੀਜ਼ ਮੰਗਾਈਆਂ ਨੇ ਉਹਦੇ ਵਿੱਚ ਜਿੱਦਾਂ ਕਿ ਹੈਂਡਬੈਗ ਜਾਂ ਹੈਅਰ ਐਕਸੈਸਰੀਜ਼ ਵਗੈਰਾ ਮਿਸ਼ੋ ਜੀ ਇੰਡੀਆ ਦੀ ਇੱਕ ਫੇਵਰਿਟ ਐਪ ਆ ਜਿੱਥੇ ਤੁਸੀਂ ਲੋਏਸਟ ਪ੍ਰਾਈਸ ਤੇ ਟੌਪ ਕੁਆ ਟਰਸਟ ਕੀਤੀ ਜਾਣ ਵਾਲੀ ਐਪ ਆ ਜੀ ਇੱਥੇ ਤੁਸੀਂ 50 ਲੱਖ ਤੋਂ ਵੀ ਵੱਧ ਪ੍ਰੋਡਕਟ ਦੇ ਵਿੱਚੋਂ ਚੂਜ਼ ਕਰ ਸਕਦੇ ਹੋ ਇਹ ਸਾਰੇ ਪ੍ਰੋਡਕਟ ਤੁਸੀਂ ਅਲੱਗ-ਅਲੱਗ ਕੈਟਾਗਰੀਜ਼ ਤੋਂ ਚੂਜ਼ ਕਰ ਸਕਦੇ ਹੋ ਜਿਵੇਂ ਕਿ men's and women's fashion ਦੇ ਵਿੱਚੋਂ kids wear home kitchen and many more ਤੁਸੀਂ ਮੀਸ਼ੋ ਤੋਂ ਅਰਨ ਵੀ ਕਰ ਸਕਦੇ ਹੋ ਬਾਏ ਸ਼ੇਅਰਿੰਗ ਐਂਡ ਰੀਸੇਲਿੰਗ ਦਾ ਪ੍ਰੋਡਕਟਸ ਟੂ ਯੂਅਰ ਕੰਟੈਕਟਸ ਬਾਏ WhatsApp Instagram Facebook ਐਂਡ ਅਦਰ ਸੋਸ਼ਲ ਮੀਡੀਆ ਪਲੈਟਫਾਰਮਸ Meesho app ਦਾ link description ਦੇ ਵਿੱਚ ਪਿਆ ਜੀ ਤਾਂ देर ਕਿਸ ਗੱਲ ਦੀ ਜੀ ਤੁਸੀਂ ਜੋ ਵੀ ਚੀਜ਼ਾਂ ਲੈਣੀਆਂ ਨੇ ਉੱਥੇ ਜਾ ਕੇ ਜਰੂਰ check out ਕਰਿਓ also get free delivery cash on delivery and easy returns the Meesho mega blockbuster sale is coming on Meesho from ਸੈਪਟੈਂਬਰ 23 ਤੋਂ ਸੈਪਟੈਂਬਰ 27 ਇੱਥੇ ਹੋਣਗੇ ਜੀ ਸਾਲ ਦੇ ਸਭ ਤੋਂ ਕਮ ਦਾਮ ਅਪ ਟੂ 80% ਆਫ ਔਨ ਮੋਰ ਦੈਨ 1 ਕਰੋੜ ਪ੍ਰੋਡਕਟਸ ਦ ਬਿਗੇਸਟ ਸੇਲ ਆਫ ਸੈਪਟੈਂਬਰ ਵਿਲ ਗੋ ਲਾਈਵ ਔਨ 23 ਆਫ ਸੈਪਟੈਂਬਰ ਤਾਂ ਜਲਦੀ ਤੋਂ ਜਾ ਕੇ ਮੀਸ਼ੋ ਐਪ ਦੇ ਉੱਪਰ ਵਿਸ਼ ਲਿਸਟ ਕਰਨਾ ਐਡ ਕਰ ਦਿਓ ਜੀ ਬਿਕਾਜ਼ ਬਲੌਕਬਸਟਰ ਸੇਲ ਇਜ਼ ਹੈਪਨਿੰਗ ਓਨਲੀ ਔਨ ਮੀਸ਼ੋ ਜਿਹੜੀਆਂ ਚੀਜ਼ਾਂ ਜੀ ਮੈਂ ਆਰਡਰ ਕੀਤੀਆਂ ਨੇ ਉਹ ਮੈਂ ਤੁਹਾਨੂੰ ਦਿਖਾਉਣੀਆਂਗੀ ਸੋ ਫਸਟ ਚੀਜ਼ ਜਿਹੜੀ ਮੈਂ ਆਰਡਰ ਕੀਤੀ ਹੈ ਜੀ ਉਹ ਹੈਗੀ ਆ ਆ ਪਿਆਰਾ ਜਾਂ ਕਿਊਟ ਜਾਂ ਹੈਂਡਬੈਗ ਇਹ ਤੁਸੀਂ ਹੈਂਡਬੈਗ ਲਾ ਲਓ ਇਹਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਆਹ ਦੂਸਰੀ ਆ ਵੀ ਆ ਤੁਸੀਂ ਇਹਦੇ ਵਿੱਚ ਪਾ ਕੇ ਇਹਨੂੰ ਲਾਈਕ ਕ੍ਰਾਸ ਬਾਡੀ ਬੈਗ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ ਇਹਨੂੰ ਛੋਟੀ ਵੱਡੀ ਵੀ ਕਰ ਸਕਦੇ ਹੋ ਤੁਸੀਂ ਜਿਵੇਂ ਹੁਣ ਕਾਫੀ ਛੋਟੀ ਹੋਈ ਹੋਈ ਹੈ ਇਹ ਮੈਨੂੰ ਵੈਸੇ ਲੌਂਗ ਵਾਲੀ ਪਸੰਦ ਆਗੀ ਤੇ ਇਸ ਦੇ ਨਾਲ ਜੇ ਤੁਸੀਂ ਇਹਨੂੰ ਐਂ ਵੀ ਕੈਰੀ ਕਰ ਸਕਦੇ ਹੋਗੇ ਤੇ ਮੈਨੂੰ ਆਹ ਕਲਰ ਵੀ ਬਹੁਤ ਸੋਹਣਾ ਲੱਗਦਾ ਤੇ ਆਲਸੋ ਆਹ ਜਿਹੜਾ ਛੋਟਾ ਜਿਹਾ ਨਾ ਪਫ ਜਿਹਾ ਮੈਨੂੰ ਬਹੁਤ ਪਿਆਰਾ ਲੱਗਿਆ ਇਹ ਮੈਨੂੰ ਜੀ ਇਹ ਕਲਰ ਵੀ ਬਹੁਤ ਪਿਆਰਾ ਲੱਗਦਾ ਸੀਗਾ ਮੇਰੇ ਕੋਲ ਬਲੈਕ ਬੈਗ ਸੀਗੇ ਬਰਾਊਨ ਸੀਗਾ ਤੇ ਮੇਰੇ ਕੋਲ ਇਹ ਕਲਰ ਦੇ ਵਿੱਚ ਬੈਗ ਨਹੀਂ ਸੀਗਾ ਸੋ ਇਸ ਲਈ ਮੈਨੇ ਆ ਕਲਰ ਚੂਜ਼ ਕੀਤਾ ਹੋਰ ਵੀ ਕਲਰਸ ਬਹੁਤ ਅਵੇਲੇਬਲ ਸੀਗੇ ਔਖਾ ਸੀਗਾ ਚੂਜ਼ ਕਰਨਾ ਵੀ ਕਿਹੜਾ ਚੂਜ਼ ਕੀਤਾ ਜਾਵੇ ਬੈਗ ਸੋ ਇਸ ਲਈ ਮੈਂ ਆ ਮੰਗਾ ਲਿਆ ਕਿਉਂਕਿ ਮੈਨੂੰ ਹੁੰਦਾ ਵੀ ਇੱਕ ਬੈਗ ਦੇ ਵਿੱਚ ਉਹਨੂੰ ਸਿਰਫ ਇੱਕ ਐਵੇਂ ਵੀ ਚੱਕਣਾ ਹਮੇਸ਼ਾ ਔਖਾ ਵੀ ਐਂ ਚੱਕੀ ਜਾਵੇ ਕਈ ਵਾਰ ਮੈਂ ਅੰਗਲ ਨੂੰ ਚੱਕਣਾ ਹੁੰਦਾ ਜਾਂ ਹੋਰ ਸਮਾਨ ਤਾਂ ਆਪਾਂ ਐਵੇਂ ਵੀ ਪਾ ਸਕਦੇ ਆ ਉਹਨੂੰ ਤੁਹਾਨੂੰ ਮੈਂ ਪਾ ਕੇ ਵੀ ਦਿਖਾ ਦਿੰਨੀ ਆ ਆ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਮੈਨੂੰ ਲੱਗਦਾ ਵੈਸਟਰਨ ਦੇ ਨਾਲ ਉਹਦੋਂ ਵੀ ਜ਼ਿਆਦਾ ਸੋਹਣਾ ਲੱਗੂਗਾ ਐ ਮੇ ਵੀ ਜਿਹਦਾ ਪਕਟ ਥੋੜੇ ਦੂਰ ਜਾਣਾ ਤਾਂ ਬਹੁਤ ਵਧੀਆ ਲੱਗਿਆ ਸਪੈਸ਼ਲੀ ਆ ਕਿਊਟ ਜੇ ਫਲਾਅਰ ਲੱਗੇ ਹੋਏ ਆ ਤੁਸੀਂ ਕਿਸੇ ਵੀ ਆਊਟਫਿਟ ਨਾਲ ਵੀ ਮੈਚ ਕਰ ਸਕਦੇ ਹੋਗੇ ਆ ਫਲਾਵਰਸ ਦੇ ਹਿਸਾਬ ਨਾਲ 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 ਹੀ ਜੀ ਇਹਦੇ ਵਿੱਚ ਅਲੱਗ-ਅਲੱਗ ਅਪਾਰਟਮੈਂਟ ਬਣੇ ਹੋਏ ਆ ਜਿਦਾ ਛੋਟੀਆਂ ਪਾਕਟਸ ਬਣੀਆਂ ਹੋਈਆਂ ਨੇ ਅੰਦਰ ਇਹਦੇ ਪਿੱਛੇ ਵੀ ਇੱਕ ਅਲੱਗ ਜਿੱਪਾ ਆ ਦੇਖੋ ਇਹਦੇ ਵਿੱਚ ਇੱਥੇ ਵੀ ਜਿੱਪ ਲੱਗੀ ਹੋਈ ਆ ਤੇ ਇਹਦੇ ਲਾਈਕ ਬੈਕ ਤੇ ਵੀ ਆਗੀ ਸੋ ਕਾਫੀ ਲਾਈਕ ਤੁਸੀਂ ਅਲੱਗ-ਅਲੱਗ ਚੀਜ਼ਾਂ ਪਾ ਸਕਦੇ ਹੋ ਅਲੱਗ-ਅਲੱਗ ਕਮਪਾਰਟਮੈਂਟਸ ਦੇ ਵਿੱਚ ਹੁਣ ਆਪਾਂ ਨੈਕਸਟ ਆਈਟਮ ਦਿਖਾਉਣੇ ਆ ਜੀ ਵੈਸੇ ਜੀ ਮੈਂ ਵਾਚਸ ਬਹੁਤ ਘੱਟ ਬੰਨਦੀ ਆਂਗੀ ਪਰ ਮੈਨੂੰ ਆਹ ਵਾਚ ਇੰਨੀ ਕੁ ਪਿਆਰੀ ਲੱਗੀ ਤੇ ਇਹਦੇ ਵਿੱਚ ਇੱਕ ਜਿਹੜਾ ਕਲਰ ਸੀਗਾ ਰੋਜ਼ ਗੋਲਡ ਉਹ ਅਵੇਲੇਬਲ ਸੀ ਸਿਰਫ ਤਾਂ ਕਰਕੇ ਮੈਂ ਨੇ ਮੰਗਾਈ ਆ ਤੇ ਮੈਨੂੰ ਇੰਨੀ ਜ਼ਿਆਦਾ ਪਿਆਰੀ ਲੱਗੀ ਇਹ ਫ੍ਰੀ ਸਾਈਜ਼ ਸੀਗਾ ਤੇ ਤਾਂ ਕਰਕੇ ਫਿਰ ਮੈਂ ਨੇ ਇਹੀ ਮੰਗਾ ਲਈ ਤੇ ਉਸ ਤੋਂ ਬਾਅਦ ਇਹਦੇ ਵਿੱਚੋਂ ਮੈਨੇ ਦੋ ਉਹ ਕੁੰਡੇ ਜੇ ਕੜਾਏ ਆ ਗਏ ਤੇ ਹੁਣੇ ਮੈਨੂੰ ਜਮਾ ਫਿੱਟ ਹੁੰਦੀ ਹੈਗੀ ਤੇ ਮੈਂ ਤੁਹਾਨੂੰ ਦਿਖਾਉਣੀ ਆ ਬਣ ਕੇ ਮਨਿੰਦਰ ਨੂੰ ਵੀ ਇਹ ਬਹੁਤ ਸੋਹਣੀ ਲੱਗੀ ਸਾਰੇ ਘਰਦਿਆਂ ਨੂੰ ਬਹੁਤ ਸੋਹਣੀ ਲੱਗੀ ਮੈਨੂੰ ਬਹੁਤ ਹੀ ਪਿਆਰੀ ਲੱਗੀ ਤੇ ਜਿਹੜੇ ਜੀ ਆਹ ਕੁੰਡੇ ਕੜਾਇਆ ਆ ਪਏ ਆਗੇ ਦੋ ਤੇ ਇਹਦੇ ਤਾਂ 10 ਰੁਪਏ ਲਏ ਸੀ ਕਈ ਵਾਰ ਉਹ ਲੈਂਦੇ ਵੀ ਨਹੀਂ ਹੈਗੇ ਤੇ ਆ ਬਹੁਤ ਹੀ ਕਿਊਟ ਜੀ ਡੱਬੀ ਦੇ ਵਿੱਚ ਸੀਗੀ ਇਹ ਪੈਕ ਤੇ ਮੈਂ ਆ ਡੱਬੀ ਵੀ ਸੰਭਾਲ ਕੇ ਰੱਖੂੰ ਤੇ ਬਹੁਤ ਹੀ ਪਿਆਰੀ ਲੱਗੀ ਮੈਨੂੰ ਇਹ ਘੜੀ ਮੈਨੂੰ ਵੀ ਸੋਹਣੀ ਲੱਗੀ ਹੈ ਘਟਾ ਹਾਂਜੀ ਕਿ ਕਲਰ ਹੀ ਬਹੁਤ ਪਿਆਰਾ ਰੋਜ਼ ਗੋਲਡ ਉਹ ਵੀ ਦੇਖਣ ਨੂੰ ਵੀ ਇੰਨੀ ਐਲੀਗੈਂਟ ਜੀ ਲੱਗਦੀ ਹੈ ਨਾ ਬੀ ਹਾਂ ਲੱਗਦਾ ਵੀ ਕੋਈ ਸੋਹਣੀ ਜੀ ਵਾਚ ਬੰਨੀ ਹੋਈ ਹੈ ਅਜੇ ਤੱਕ ਤਾਂ ਮੈਂ ਤੋ ਆਹਾ ਵੀ ਨਹੀਂ ਲਾਈ ਹੈਗੀ ਮੈਨੂੰ ਇੰਨੀ ਪਿਆਰੀ ਲੱਗੀ ਤੇ ਨਾ ਹੀ ਮੇਰਾ ਦਿਲ ਕਰਦਾ ਹਲਾਂ ਦਾ ਇਹਦੇ ਉੱਤੇ ਟੇਪ ਜੀ ਤੇ ਹੁਣ ਆਪਾਂ ਨੈਕਸਟ ਆਈਟਮ ਦਿਖਾਉਣੇ ਆ ਜੀ ਮੈਨੂੰ ਵੀ ਜੀ ਹੈਅਰ ਐਕਸੈਸਰੀਜ਼ ਦਾ ਬਹੁਤ ਸ਼ੌਂਕ ਆ ਤੇ ਮੈਨੂੰ ਤਾਂ ਹੁੰਦਾ ਵੈਸੇ ਮੇਰੇ ਵਾਲ ਲੰਬੇ ਆ ਤੇ ਮੈਨੇ ਕਦੇ ਕਟਾਏ ਨਹੀਂ ਹੈਗੇ ਮੈਨੂੰ ਹੁੰਦਾ ਵੀ ਹੋਰ ਵੀ ਲੰਬੇ ਹੋਣ ਤੇ ਇਸੇ ਲਈ ਮੈਨੂੰ ਹੈਅਰ ਐਕਸੈਸਰੀਜ਼ ਦਾ ਬਾਲਾ ਸ਼ੌਂਕ ਆ ਤੇ ਥੈਂਕਸ ਟੂ ਮਾਈ ਮੰਮੀ ਜਿਨ੍ਹਾਂ ਨੇ ਮੇਰੀ ਇੰਨੀ ਕੇਅਰ ਕੀਤੀ ਵਾਲਾਂ ਦੀ ਇੰਨੇ ਲੰਬੇ ਹੋਏ ਤਾਂ ਹੀ ਅੱਜ ਮੈਂ ਇ ਤੇ ਮੈਂ ਬੈਂਡ ਬੂਨ ਬਹੁਤ ਲਾਉਣੀ ਹੈ ਤੇ ਆ ਦੇਖੋ ਮੈਚਿੰਗ ਹੈਅਰ ਸਕਰੰਚੀਸ ਮਂਗਾਈਆਂ ਨੇ ਮੈਨੇ ਸਾਰੇ ਸੂਟਾਂ ਨਾਲ ਮੈਚਿੰਗ ਟੌਪਸ ਨਾਲ ਕਿੰਨੇ ਟਾਈਪ ਦੀਆਂ ਨੇ ਇਹਦੇ ਵਿੱਚ ਬਲੈਕ ਗ੍ਰੀਨ ਜਿਹੜੇ ਵੀ ਸੂਟ ਨਾਲ ਤੁਸੀਂ ਮੈਂ ਜਿੱਦਾਂ ਪੋਨੀ ਟੇਲ ਤੇ ਇਹ ਲੱਗ ਜਾਂਦੀ ਹੈ ਜਿੱਦਾਂ ਮੈਂ ਤੁਹਾਨੂੰ ਬਲੈਕ ਲਾ ਕੇ ਦਿਖਾ ਦਿੰਨੀ ਆ ਚਲੋ ਦੇਖੋ ਬਹੁਤ ਸਾਰੀਆਂ ਕੁੜੀਆਂ ਦੇ ਉੱਪਰ ਨੂੰ ਵੀ ਲਾ ਸਕਦੇ ਹੋ ਤੁਸੀਂ ਇਹਨੂੰ نیچے ਨੂੰ ਵੀ ਲਾ ਸਕਦੇ ਹੋਗੇ ਆ ਦੇਖੋ ਮੈਨੂੰ ਤਾਂ ਐਵੇਂ ਨਹੀਂ ਪਤਾ ਜੀ ਕਿੰਨੀਆਂ ਨੇ ਪੂਰਾ ਪੈਕ ਸੀਗਾ ਤੁਸੀਂ ਮੰਨੋਗੇ ਨਹੀਂ ਐਨੀ ਵਧੀਆ ਕੁਆਲਿਟੀ ਆ ਤੇ ਨਾਲੇ ਐਨੀਆਂ ਸਾਰੀਆਂ ਐਨੇ ਘੱਟ ਪ੍ਰਾਈਸ ਦੇ ਵਿੱਚ ਮਿਲ ਗਈਆਂ ਪ੍ਰਾਈਸ ਤੁਸੀਂ ਦੇਖ ਹੀ ਸਕਦੇ ਹੋ ਮੈਂ ਹਜੇ ਗਿੰਦੀ ਐ 1 2 3 ਇਹ 12 ਬਣੇਗੀਆਂ ਇੱਕ ਪੈਕ ਦੇ ਵਿੱਚ ਮੈਂ ਦੋ ਕਰਨ ਲੱਗੀ ਸੀ ਉਦੋਂ ਮੈਨੂੰ ਭੁਲੇਖਾ ਪੈ ਗਿਆ ਵੀ 24 ਕੀਤੀਆਂ ਨੇ ਸ਼ਾਇਦ ਮੈਂ ਨੇ ਸੋ ਇੱਕ ਪੈਕ ਦੇ ਵਿੱਚ 12 ਨੇ ਜੀਆਂ ਲੱਗੀ ਹੋਈਆਂ ਹੁਣ ਆਪਏ ਇਹ ਉਤਾਰ ਕੇ ਹੁਣ ਤੁਹਾਨੂੰ ਮੈਂ ਹੋਰ हेयर ਐਕਸੈਸਰੀਜ਼ ਦਿਖਾਉਣੀ ਆਂਗੀ ਆਹ हेयर ਐਕਸੈਸਰੀ ਸਪੈਸ਼ਲੀ ਵੈਸੇ ਮੈਨੇ ਮੇਰੇ ਲਈ ਵੀ ਮੰਗਾਈ ਆ ਤੇ ਮੇਰੀ ਕਜ਼ਨ ਲਈ ਵੀ ਮੇਰੀ ਕਜ਼ਨ ਆ ਜੀ ਉਹਨੂੰ ਬਹੁਤ ਮੈਸੀ ਬੰਨ ਦਾ ਚਾਹ ਰਹਿੰਦਾ ਉਹਦੇ ਵਾਲ ਵੀ ਉਹਦੇ ਵਾਲ ਵੀ ਲੰਬੇ ਆ ਪਰ ਉਹ ਤੋਂ ਕਈ ਵਾਰ ਨਾ ਉਹਦੇ ਕਰਲੀ ਜਵਾਲਾਂ ਤੋਂ ਬੰਨਦਾ ਨਹੀਂ ਹੈਗਾ ਉਹਵੇਂ ਤਾਂ ਮੈਂ ਉਹਨੂੰ ਕਿਹਾ ਕਿ ਮੈਂ ਤੈਨੂੰ ਮੰਗਾ ਕੇ ਦਵੂੰਗੀ ਜਿੱਦਾਂ ਤੁਸੀਂ ਕਲਰ ਦੇ ਅਕੋਰਡਿੰਗ ਵੀ ਆਰਡਰ ਕਰ ਸਕਦੇ ਜੇ ਤੁਹਾਡੇ హెయిਰ ਬ੍ਰਾਊਨ ਨੇ ਤਾਂ ਤੁਸੀਂ ਬ੍ਰਾਊਨ ਕਲਰ ਦੇ ਵਿੱਚ ਆਰਡਰ ਕਰ ਸਕਦੇ ਜਿੱਦਾਂ ਮੇਰੇ ਬਲੈਕ ਨੇ ਤੇ ਮੈਂ ਬਲੈਕ ਕੀਤਾ ਇਹਦੇ ਵਿੱਚ ਇੱਕ ਕਲੱਚਰ ਲੱਗਿਆ ਹੋਇਆ ਇਹਨੂੰ ਤੁਸੀਂ ਖੋਲੋ ਇੱਕ ਮਿੰਟ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਤੁਸੀਂ ਕੁਝ ਨਹੀਂ ਕਰਨਾ ਹੈਗਾ ਜੀ ਜੇ ਤੁਹਾਡੇ ਛੋਟੇ ਬਾਲ ਵੀ ਆ ਤੁਸੀਂ ਬੰਨ ਪਾ ਲੈਣਾ ਜਾਂ ਫਿਰ ਆਪਦੀ ਛੋਟਾ ਲਾਈਕ ਐਵੇਂ ਬੰਨ ਬਣਾ ਲੈਣਾ ਵਾਲਾਂ ਦਾ ਤੇ ਉਸ ਤੋਂ ਬਾਅਦ ਆ ਕਲੱਚਰ ਖੋਲਣਾ ਇਹਦੇ ਉੱਤੇ ਲਾਉਣਾ ਤੇ ਐ ਲੱਗਦਾ ਕਿ ਤੁਹਾਡੇ ਬਾਲ ਐ ਮੈਸੀ ਬੰਨ ਬਣਾਇਆ ਹੋਇਆ ਆ ਦੇਖੋ ਤੁਹਾਨੂੰ ਕਿਵੇਂ ਲੱਗ ਰਿਹਾ ਤੇ ਨਾਲੇ ਦੂਸਰੇ ਨੂੰ ਲੱਗਦਾ ਵੀ ਇਹਦੇ ਕਿੰਨੇ ਲੰਬੇ ਵਾਲ ਆ ਗਏ ਜੇ ਤੁਸੀਂ ਵੀ ਜਿਵੇਂ ਚਾਹੁੰਦੇ ਹੋ ਵੀ ਤੁਹਾਡਾ ਵੀ ਮੈਸੀਜ ਆ ਬਨ ਹੋਵੇ ਲੰਬੇ ਵਾਲ ਲੱਗਣ ਤਾਂ ਤੁਸੀਂ ਵੀ ਇਹ ਜਿਹਾ ਬਨ ਆਰਡਰ ਕਰ ਸਕਦੇ ਹੋ ਇਹਦੇ ਨਾਲ ਨਾਲ ਇਹ ਇਕੱਲਾ ਨਹੀਂ ਸੀ ਬਹੁਤ ਸਾਰੇ ਅਲੱਗ-ਅਲੱਗ ਟਾਈਪ ਦੇ ਵਿੱਚ ਸੀਗੇ ਕਰਲੀ हेयर ਵਾਸਤੇ ਅਲੱਗ ਸੀਗੇ ਤਾਂ ਤੁਸੀਂ ਉਹ ਵੀ ਚੈੱਕ ਆਊਟ ਕਰ ਸਕਦੇ ਹੋ ਕਈ ਵਾਰ ਜੀ ਆਪਾਂ ਬਾਹਰ ਜਾਣਾ ਹੁੰਦਾ ਆਪਣੇ ਕੋਲ ਟਾਈਮ ਨਹੀਂ ਹੁੰਦਾ ਤੇ ਮੇਰੇ ਵਾਲ ਸਟ੍ਰੇਟ ਨੇ ਨੇਚਰਲੀ ਤੇ ਆਪਾਂ ਨੂੰ ਮੈਨੂੰ ਹੁੰਦਾ ਕਿ ਮੇਰੇ ਕਰ ਲਈ ਜੇ ਹੁਣ హెਅਰ ਤਾਂ ਕਰਕੇ ਜੀ ਮੈਨੇ ਆਹਾ ਥੋੜਾ ਜਾਂ ਮੰਗਾਇਆ ਸੀਗੇ ਆਹਾ ਵਾਲਾ హెਅਰ ਐਕਸਟੈਂਸ਼ਨ ਮੰਗਾਈ ਸੀਗੀ ਤੇ ਤੁਸੀਂ ਇਹਨੂੰ ਇਹਦੇ ਅੱਗੇ ਐਵੇਂ ਉਹ ਲੱਗਿਆ ਹੋਏ ਨੇ ਕਿ ਆਹ ਦੇਖੋ ਮੈਨੂੰ ਪਤਾ ਨਹੀਂ ਇਹਨਾਂ ਨੂੰ ਕੀ ਕਹਿੰਦੇ ਆ ਪਰ ਇਹ ਇੱਕ ਤਰ੍ਹਾਂ ਦਾ ਇਹਦੇ ਵਿੱਚ ਆਪਣੇ ਵਾਲਾਂ ਦੇ ਵਿੱਚ ਫਸਾਉਣ ਲਈ ਹੁੰਦਾ ਤਾਂ ਕਿ ਤੁਹਾਡੇ ਵਾਲ ਲੰਬੇ ਲੱਗਣ ਜਿਵੇਂ ਕਿ ਹੁਣ ਮੇਰੇ ਜੂڑا ਕੀਤਾ ਹੋਇਆ ਹੁਣ ਤਾਂ ਨਹੀਂ ਹੋਣਾ ਸਾਰੇ ਵਾਲ ਤੁਹਾਡੇ ਖੁੱਲੇ ਹੋਣ ਤੇ ਥੋੜਾ ਜਾਂ ਘੱਟ ਤੇ ਲੱਗਿਆ ਹੋਵੇ ਤੇ ਉਸ ਹਸਾਬ ਨਾਲ ਤੁਸੀਂ ਇਹਨੂੰ ਇੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਤੁਸੀਂ ਇਹਨੂੰ ਆਪਦਾ ਅਟੈਚ ਕਰ ਸਕਦੇ ਹੋ ਤੇ ਤੁਹਾਡੇ ਵਾਲ ਪਿੱਛੋਂ ਐਵੇਂ ਲੱਗਣਗੇ ਤੇ ਤੁਸੀਂ ਕਿਤੇ ਤੁਹਾਨੂੰ ਕਿੰਨਾ ਜ਼ਿਆਦਾ ਟਾਈਮ ਲੱਗਦਾ ਇਹ ਜੇ ਆਪਦਾ ਪਹਿਲਾ ਕਲਰ ਲੈਨੇ ਹੋ ਇੰਨੇ ਨੇਚਰਲ ਵਾਲ ਲੱਗ ਰਹੇ ਨੇ ਜੇ ਤੁਸੀਂ ਰੀਅਲ ਦੇ ਵਿੱਚ ਦੇਖੋਗੇ ਤੁਸੀਂ ਸੱਚੀਓ ਕਹੋਗੇ ਵੀ ਐ ਜਮੇ ਨਹੀਂ ਲੱਗਦਾ ਵੀ ਆਰਟੀਫੀਸ਼ੀਅਲ ਨੇ ਡਿਫਰੈਂਟ ਕਲਰਸ ਦੇ ਵਿੱਚ ਅਵੇਲੇਬਲ ਨੇ ਨਹੀਂ ਮੈਂ ਤੁਹਾਨੂੰ ਹੁਣ ਲਾ ਕੇ ਨਹੀਂ ਦਿਖਾ ਸਕਦੀ ਕਿਉਂਕਿ ਮੇਰੇ ਥੋੜਾ ਜਿਹਾ ਆਇਲ ਲੱਗਿਆ ਹੋਇਆ ਤੇ ਨਾਲੇ ਹੈਅਰ ਸਟਾਈਲ ਬਣਾਇਆ ਹੋਇਆ ਵੀ ਬੰਨ ਕੀਤਾ ਹੋਇਆ ਤਾ ਕਰਕੇ अदरवाइज ਇਹ ਬਹੁਤ ਹੀ ਪਿਆਰਾ ਲੱਗਿਆ ਮੈਨੂੰ ਤੇ ਜਮੇ ਹੀ ਨੇਚਰਲ ਲੱਗਦਾ ਤੁਸੀਂ ਵੀ ਜਰੂਰ ਚੈੱਕ ਆਊਟ ਕਰਿਓ ਤੇ ਮੰਗਾ ਕੇ ਦੇਖਿਓ ਤੇ ਮੈਨੂੰ ਇੰਸਟਾਗ੍ਰam ਤੇ ਫੋਟੋਸ ਵੀ ਭੇਜਿਓ ਤੁਸੀਂ ਜੇ ਤੁਸੀਂ ਮੰਗਾਇਆ ਤੇ ਲਾ ਕੇ ਆਈ ਹੋਪ ਤੁਹਾਨੂੰ ਸਾਰੇ ਪ੍ਰੋਡਕਟ ਵਧੀਆ ਲੱਗੇ ਹੋਣਗੇ ਤੇ ਇਹਨਾਂ ਵਿੱਚੋਂ ਜਿਹੜਾ ਤੁਹਾਨੂੰ ਸਭ ਤੋਂ ਵਧੀਆ ਲੱਗਿਆ ਉਹ ਵੀ ਕਮੈਂਟਸ ਦੇ ਵਿੱਚ ਜਰੂਰ ਦੱਸਿਓ ਸਾਰੇ ਇਹਨਾਂ ਪ੍ਰੋਡਕਟਸ ਦੇ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਏ ਨੇਗੇ ਤੇ ਇਸ ਦੇ ਨਾਲ ਹੀ ਬਹੁਤ ਹੋਰ ਵੀ ਔਮਨ ਐਕਸੈਸਰੀ ਦੇ ਵਿੱਚ ਅਲੱਗ-ਅਲੱਗ ਟਾਈਪ ਦੇ ਪ੍ਰੋਡਕਟ ਸੀਗੇ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਪਏ ਲਿੰਕ ਤੋਂ ਐਪ ਕੇ ਜਰੂਰ ਇੱਕ ਵਾਰੀ ਚੈੱਕ ਆਊਟ ਕਰਿਓ ਸਾਰੇ ਪ੍ਰੋਡਕਟ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਨੇਗੇ ਕੋਈ ਐ ਨਹੀਂ ਹੈਗਾ ਵੀ ਆਪਾਂ ਅਫੋਰਡ ਨਹੀਂ ਕਰ ਸਕਦੇ ਤੁਹਾਡੇ ਬਜਟ ਦੇ ਹਿਸਾਬ ਨਾਲ ਤੁਹਾਨੂੰ ਹਰੇਕ ਚੀਜ਼ ਮਿਲ ਜਾਂਦੀ ਹੈ ਉੱਥੇ ਥੈਂਕ ਯੂ ਸੋ ਮੱਚ ਜੀ ਫॉर ਵਾਚਿੰਗ ਬਾਏ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖ